ਇੱਕ ਲਾਵਾਰਿਸ ਬੈਗ ਮਿਲਣ ਦੇ ਨਾਲ ਇਲਾਕੇ ਦੇ ਵਿੱਚ ਹੜਕੰਪ ਮੱਚ ਗਿਆ। ਕਿਹਾ ਜਾ ਰਿਹਾ ਕਿ ਜਦੋਂ ਲੋਕਾਂ ਨੇ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਤਾਂ ਮੌਕੇ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਪਹੁੰਚਦੀ ਹੈ ਅਤੇ ਬੈਗ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਜਾਂਦਾ ਹੈ। ਤਾਂ ਦੱਸ ਦਈਏ ਕਿ ਪੂਰੇ ਭੀੜ ਭਾੜ ਵਾਲੇ ਇਲਾਕੇ ਦੇ ਵਿੱਚ ਇੱਕ ਲਾਵਾਰਿਸ ਬੈਗ ਮਿਲਿਆ, ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹੜਕੰਪ ਮੱਚ ਗਿਆ। ਹਰ ਪਾਸੇ ਜੋ ਹੈ ਇਸ ਬੈਗ ਦੀ ਚਰਚਾ ਹੋਣ ਲੱਗ ਗਈ, ਕਿਉਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਹੋਣਾ ਹੈ, ਜਿਸ ਨੂੰ ਲੈ ਕੇ ਸ਼ਹਿਰਾਂ ਦੇ ਵਿੱਚ ਵੀ ਸੁਰੱਖਿਆ ਵਧਾਈ ਗਈ ਹੈ। ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਇਸ ਲਾਵਾਰਿਸ ਬੈਗ ਦੇ ਮਿਲਣ ਨਾਲ ਇਲਾਕੇ ਦੇ ਵਿੱਚ ਹੜਕੰਪ ਜ਼ਰੂਰ ਮਚਿਆ ਹੈ। ਤਾਂ ਦੱਸ ਦਈਏ ਕਿ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ, ਜਿੱਥੇ ਕਿ ਭੀੜ ਭਾੜ ਵਾਲੇ ਇਲਾਕੇ 'ਚ ਇੱਕ ਨੀਲੇ ਰੰਗ ਦਾ ਲਾਵਾਰਿਸ ਬੈਗ ਮਿਲਿਆ। ਹਾਲਾਂਕਿ ਜਦੋਂ ਮੌਕੇ ਦੇ ਉੱਤੇ ਡੋਗ ਸਕੁਐਡ ਦੀ ਟੀਮ ਪਹੁੰਚਦੀ ਹੈ, ਬੰਬ ਨਿਰੋਧਕ ਦਸਤਾ ਪਹੁੰਚਦਾ ਹੈ, ਤਾਂ ਉਸ ਬੈਗ ਨੂੰ ਖੋਲ੍ਹਿਆ ਜਾਂਦਾ ਤਾਂ ਜਿਸ ਦੇ ਵਿੱਚੋਂ ਤੇ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ। ਹਾਲਾਂਕਿ ਉਸ ਬੈਗ ਦੇ ਵਿੱਚ ਕੁਝ ਕੱਪੜੇ ਜ਼ਰੂਰ ਮਿਲੇ ਨੇ। ਪੁਲਿਸ ਨੇ ਹੁਣ ਉਸ ਬੈਗ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਅਤੇ ਇਸ ਬੈਗ ਦੀ ਤਲਾਸ਼ੀ ਲਈ ਜਾ ਰਹੀ ਹੈ ਕਿ ਆਖਰ ਇਹ ਬੈਗ ਹੈ ਕਿਸ ਦਾ ਅਤੇ ਉਸ ਥਾਂ ਦੇ ਉੱਤੇ ਪਹੁੰਚਿਆ ਕਿਵੇਂ ਹੈ। ਤਾਂ ਦੱਸ ਦਈਏ ਕਿ ਇੱਕ ਬੈਗ ਨੇ ਪੁਲਿਸ ਨੂੰ ਭਾਜੜਾ ਪਾ ਦਿੱਤੀਆਂ। ਕਿਹਾ ਜਾ ਰਿਹਾ ਕਿ ਮੌਕੇ ਦੇ ਉੱਤੇ ਹੀ ਬੰਬ ਨਿਰੋਧਕ ਦਸਤੇ ਅਤੇ ਡੋਗ ਸਕੁਐਡ ਦੀ ਟੀਮ ਨੂੰ ਬੁਲਾਇਆ ਜਾਂਦਾ ਹੈ। ਤਾਂ ਦੱਸ ਦਈਏ ਕਿ ਗੁਰਦਾਸਪੁਰ ਦੇ ਵਿੱਚ ਇਹ ਸਹਿਮ ਦਾ ਮਾਹੌਲ ਬਣਿਆ, ਕਿਉਂਕਿ ਇੱਕ ਲਾਵਾਰਿਸ ਬੈਗ ਸੜਕ ਦੇ ਕਿਨਾਰੇ 'ਤੇ ਮਿਲਿਆ, ਜਿਸ ਤੋਂ ਬਾਅਦ ਦੇ ਵਿੱਚ ਇਲਾਕੇ 'ਚ ਹੜਕੰਪ ਮੱਚ ਗਿਆ। ਇਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ 22 ਤਰੀਕ ਨੂੰ ਸ਼੍ਰੀ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ, ਅਸੀਂ ਸਾਡਾ NGO ਕਾਰਜਕ੍ਰਮ ਕਰਕੇ ਆ ਰਹੀ ਸੀ। ਇਸ ਤੋਂ ਬਾਅਦ ਅਸੀਂ ਆਪਣੇ ਘਰਾਂ 'ਚ ਵਾਪਸ ਜਾ ਰਹੇ ਸੀ ਅਤੇ ਵਿਸ਼ਾਲ ਜੀ ਸਾਡੇ ਕਲੱਬ ਦੇ ਮੈਂਬਰ ਨੇ, ਉਹਨਾਂ ਨੇ ਦੇਖਿਆ ਕਿ ਲਾਵਾਰਿਸ ਬੈਗ ਪਿਆ ਹੋਇਆ, ਉਹਨਾਂ ਨੇ ਇਨਫੋਰਮੇਸ਼ਨ ਦਿੱਤੀ, ਗੌਰਵ ਜੀ ਦਿੱਤੀ, ਗੌਰਵ ਜੀ ਨੇ ਮੈਨੂੰ ਦਿੱਤੀ, ਆਪਾਂ ਨਵੀਨ ਜੀ ਨੂੰ ਦਿੱਤੀ। ਇਸ ਤੋਂ ਬਾਅਦ ਅਸੀਂ SSP ਗੁਰਦਾਸਪੁਰ PCR ਦੇ ਇੰਚਾਰਜ ਨੂੰ ਇਨਫੋਰਮੇਸ਼ਨ ਦਿੱਤੀ, ਇੱਥੇ ਬੈਗ ਪਿਆ ਖਾਲੀ, ਮਤਲਬ ਕਿ ਇਹ ਅਸੀਂ ਤਾਂ ਇਨਫੋਰਮੇਸ਼ਨ ਦਿੱਤੀ, ਡੇਢ ਘੰਟਾ ਹੋ ਗਿਆ ਸੀ ਬੈਗ ਨੂੰ ਪਏ ਨੂੰ, ਇਹਦਾ ਕੋਈ ਵੀ ਵਾਲੀ ਵਾਰਸ ਨਹੀਂ ਹੈਗਾ ਬੈਗ ਦਾ, ਇਸ ਕਰਕੇ ਇਨਫੋਰਮ ਅਸੀਂ ਪੁਲਿਸ ਨੂੰ ਕਰ ਦਿੱਤਾ ਹੋਇਆ। ਹਾਂ, ਪੁਲਿਸ ਅਧਿਕਾਰੀ ਆਏ ਆ ਜੀ, ਕਰਦੇ ਪਏ, ਚੈੱਕ ਕਰਦੇ ਪਏ, ਪਿੱਛੇ ਕੈਮਰੇ ਵੀ ਲੱਗੇ ਆ। ਸਾਡਾ ਕਹਿਣ ਦਾ ਮੋਟਿਵ ਸੀ ਕੋਈ ਸੰਸਨ ਨਹੀਂ ਨਾ ਫੈਲੇ, ਬਸ ਡੇਢ ਘੰਟਾ ਇੱਕ ਬੈਗ ਪਿਆ ਸੜਕ 'ਤੇ, ਰੋਡ 'ਤੇ, ਕਾਫੀ ਵੱਡਾ ਬੈਗ ਆ, ਤੁਸੀਂ ਦੇਖ ਹੀ ਸਕਦੇ ਹੋ ਤੁਸੀਂ। ਹਾਂ, ਕੁਛ ਵੀ ਐਨੀਥਿੰਗ ਪੋਸੀਬਲ ਹੋ ਸਕਦਾ ਕੁਛ ਵੀ। ਹਾਂਜੀ ਸਰ, ਦੱਸ ਦਿਓ ਜੀ, ਜੋ ਮੇਰਚੰਦ ਰੋਡ 'ਤੇ ਜੋ ਬੈਗ ਮਿਲਿਆ ਵਾ, ਅੱਜ ਸਾਨੂੰ ਇੱਕ ਸਾਡੇ ਚੰਗੇ ਸ਼ਹਿਰੀ ਨੇ ਕਨਫਰਮੇਸ਼ਨ ਦਿੱਤੀ ਵੀ ਕਿ ਇੱਕ ਲਾਵਾਰਿਸ ਬੈਗ ਜਿਹੜਾ ਹੈਗਾ ਟ੍ਰਿਨਿਟੀ ਸਕੂਲ ਮੇਰ ਚੰਦ ਰੋਡ 'ਤੇ ਜਿਹੜਾ ਪਿਆ ਆ ਸ਼ੱਕੀ ਹਾਲਤ 'ਚ, ਅਤੇ ਉਹ ਦਿੱਤੀ ਹੈ ਇਨਫੋਰਮੇਸ਼ਨ, ਜਿਸ 'ਤੇ ਅਸੀਂ ਸਾਡੇ SHO ਸਾਹਿਬ ਅਤੇ ਪੁਲਿਸ ਪਾਰਟੀ ਸੀ PCR ਜਿਹੜਾ ਸਾਰੇ ਮੌਕੇ 'ਤੇ ਗਏ, ਨਾਲ ਅਸੀਂ ਜਿਹੜੀ ਬੰਬ ਸਕੋਡ ਟੀਮ ਹੈ ਉਹਨੂੰ ਵੀ ਲੈ ਕੇ ਗਏ ਸੀ।
ਤੇ ਜਦੋਂ ਦੀ ਤਲਾਸ਼ੀ ਕਰਨ ਤੇ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਜਿਹੜੇ ਕੁਝ ਕੱਪੜੇ ਵਗੈਰਾ ਲੇਡੀਜ਼ ਦੇ ਮਿਲੇ ਨੇ, ਇਸ ਕਰਕੇ ਕੋਈ ਜਿਹੜੀ ਉਹ ਇਨਫੋਰਮੇਸ਼ਨ ਸੀ ਜਿਸ ਤਰੀਕੇ ਦੀ, ਉਹਦੇ ਕੋਈ ਇਦਾਂ ਦੀ ਸ਼ੱਕੀ ਚੀਜ਼ ਸਾਨੂੰ ਨਹੀਂ ਮਿਲੀ। ਅਸੀਂ ਮੈਂ ਅੱਗੇ ਤੋਂ ਵੀ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ, ਜੇਕਰ ਕੋਈ ਇਦਾਂ ਦੀ ਚੀਜ਼ ਕਿਤੇ ਮਿਲੇ ਤਾਂ ਇਸੇ ਤਰੀਕੇ ਨਾਲ ਹੀ ਸਾਨੂੰ ਆਪ ਚੈੱਕ ਕਰਨ ਦੀ ਬਜਾਏ ਸਾਡੇ ਕੋਲੋਂ ਚੈੱਕ ਕਰਵਾ ਲਈਏ ਤਾਂ ਜੋ ਕਿਸੇ ਵੀ ਮਾੜੀ ਘਟਨਾ ਤੋਂ ਬਚਿਆ ਜਾ ਸਕੇ। ਥੈਂਕ ਯੂ। 26 ਜਨਵਰੀ ਆ ਰਹੀ ਆ, ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋ, ਕੀ ਤਿਆਰੀ ਕੀਤੀ ਇਸ ਬਾਰੇ? ਅਸੀਂ ਜਿਹੜਾ ਹੈਗਾ ਆਪਣੀ ਡਿਊਟੀ ਜਿਹੜੀ ਆ, ਸਾਡੇ ਮਾਣਯੋਗ ਸ਼੍ਰੀ ਹਰੀਸ਼ ਦਿਆਮਾ ਜੀ IPS SSP ਗੁਰਦਾਸਪੁਰ ਸਾਹਿਬ ਨੇ ਜਿਹੜੀਆਂ ਸਾਡੀਆਂ ਡਿਊਟੀਆਂ ਡਬਲ ਕਰਤੀਆਂ ਨੇ, ਔਰ ਬੜੀ ਉਹਨਾਂ ਨੇ ਚੌਕਸੀ ਨਾਲ ਡਿਊਟੀ ਕਰਨ ਲਈ ਸਾਨੂੰ ਜਿਹੜੀ ਹਦਾਇਤ ਕੀਤੀ ਹੈ, ਔਰ ਸਾਡਾ PCR ਜਿਹੜੀ ਸਾਡੇ ਥਾਣੇ ਦੀ ਪੁਲਿਸ ਆ ਜਾਂ ਜਿਹੜੀ ਸਾਡੇ ਦਫ਼ਤਰਾਂ ਤੋਂ ਵੀ ਜਿਹੜੀ ਪੁਲਿਸ ਆ ਉਹ ਜਿਹੜੀ ਆ ਹੁਣ ਜਿਹੜੀ ਫੀਲਡ ਦੇ ਵਿੱਚ ਹੈਗੀ ਆ। ਅਸੀਂ ਪੂਰੀ ਪ੍ਰੋਮਿਸ ਕਰਦੇ ਹਾਂ ਲੋਕਾਂ ਨਾਲ ਕਿ ਜਿਹੜੀ 26 ਜਨਵਰੀ ਉਹ ਬੜੀ ਧੂਮਧਾਮ ਨਾਲ ਔਰ ਬੜੇ ਅੱਛੇ ਤਰੀਕੇ ਦੇ ਨਾਲ ਸੇਫ ਤਰੀਕੇ ਦੇ ਨਾਲ ਜਿਹੜੀ ਹੈਗੀ ਮਨਾਈ ਜਾਏਗੀ। ਥੈਂਕ ਯੂ।